ਗੁਰਦਾਸਪੁਰ ਵਿਚ ਸ਼ਰੇਆਮ ਲੁੱਟ ਖੋਹ ਅਤੇ ਚੋਰੀ ਦਾ ਸਿਲਸਿਲਾ ਜਾਰੀ ਹੈ। ਇਵੇਂ ਲੱਗ ਰਿਹਾ ਹੈ ਕਿ ਜਿਵੇਂ ਪੁਲਿਸ ਸੁਸਤ ਤੇ ਚੋਰ ਚੁਸਤ ਨਜ਼ਰ ਆ ਰਹੇ ਹਨ। ਅੱਜ ਗੁਰਦਾਸਪੁਰ ਦੇ ਮੇਨ ਬਾਜ਼ਾਰ ਵਿਚ ਸਥਿਤ ਰੋਹੀ ਟੈਲੀਕਾਮ ਦੀ ਦੁਕਾਨ ਦੇ ਉੱਪਰ ਸਵੇਰੇ ਤੜਕਸਾਰ 5 ਵਜੇ ਦੇ ਕਰੀਬ ਲੁਟੇਰਿਆਂ ਦੇ ਵੱਲੋਂ ਦੁਕਾਨ ਦੇ ਉੱਪਰ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਲੱਗੇ ਕੈਮਰਿਆਂ ਦੇ ਵਿਚ ਕੈਦ ਹੋ ਗਈ ਹੈ, ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ਼ ਰੋਸ ਜਤਾਉਂਦਿਆਂ ਹੋਇਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਚੋਰੀ ਨੂੰ ਜਲਦ ਟਰੇਸ ਨਾ ਕੀਤਾ ਗਿਆ ਤਾਂ ਗੁਰਦਾਸਪੁਰ ਵਿਚ ਚੱਕਾ ਜਾਮ ਕੀਤਾ ਜਾਵੇਗਾ ਅਤੇ 2024 ਦੀਆਂ ਚੋਣਾਂ ਨੂੰ ਬਾਈਕਾਟ ਕੀਤਾ ਜਾਵੇਗਾ। ਭਾਈ ਰੋਹਿਤ ਆਪਟੀਕਲ ਐਂਡ ਟੈਲੀਕਾਮ ਆ ਮੇਰਾ ਸਦਰ ਬਾਜ਼ਾਰ ਦੇ ਵਿੱਚ ਕੁਹਾੜੀ ਵਾਲੀ ਗਲੀ ਵਿੱਚ। ਭਾਈ ਸਵੇਰੇ ਮੈਂ ਆ ਕੇ ਸ਼ਟਰ ਖੋਲ੍ਹਿਆ ਵਾ, ਤਾਂ ਜਦੋਂ ਮੈਂ ਸ਼ਟਰ ਚੁੱਕਿਆ ਵਾ ਅਤੇ ਖੋਲ੍ਹਿਆ ਵਾ ਅਤੇ ਪਹਿਲਾਂ ਚੁਕੋਇਆ ਹੋਇਆ ਸੀ ਸ਼ਟਰ, ਅਤੇ ਮੈਨੂੰ ਲੱਗਿਆ ਕਿ ਕੋਈ ਗੜਬੜ ਹੋਈ ਆ। ਜਦੋਂ ਮੈਂ ਤਾਲੇ ਖੋਲ੍ਹ ਕੇ ਦੇਖਿਆ ਤਾਂ ਅੰਦਰ ਮੋਬਾਈਲ ਕੋਈ ਨਹੀਂ ਸੀ ਹੈਗਾ, ਅਤੇ ਇਹ ਕੰਮ ਹੋਇਆ ਵਾ 5 ਵਜੇ ਦੇ ਏੜ ਗੇੜ ਵਿੱਚ। ਅਤੇ ਅੱਧਾ ਮੇਰਾ ਭਾਅ ਜੀ 25 ਤੋਂ 30 ਲੱਖ ਦੇ ਵਿੱਚ ਨੁਕਸਾਨ ਹੋਇਆ ਵਾ। ਮੇਰਾ ਮੋਬਾਈਲ ਹੈ ਡੱਬੇ ਛੱਡ ਗਏ ਆ ਅਤੇ ਮੋਬਾਈਲ ਵਿੱਚੋਂ ਕੱਢ ਕੇ ਸਾਰੇ ਲੈ ਗਏ ਆ, ਅਤੇ ਬਾਕੀ ਉਹਨਾਂ ਦੀ ਸੀਸੀਟੀਵੀ ਵਿੱਚ ਆ ਗਏ ਆ, ਉਹਨਾਂ ਦੀ ਵੀਡੀਓ ਅਸੀਂ ਕੱਢ ਦਾਂਗੇ ਤੁਹਾਨੂੰ। ਸਵੇਰੇ ਭਈਆ ਜਦੋਂ ਸ਼ਟਰ ਚੁੱਕਿਆ ਤਾਂ ਅੰਦਰ ਮੋਬਾਈਲ ਕੋਈ ਨਹੀਂ ਸੀਗਾ, ਅਤੇ ਜਦੋਂ ਚੈੱਕ ਕੀਤਾ ਸੀ ਫਿਰ ਸ਼ਟਰ ਖਿੱਚ ਕੇ ਵਿੱਚੋਂ ਇੱਕ ਬੰਦਾ ਉਹਨਾਂ ਨੇ ਚੁਆੜਿਆ, ਕੈਸ਼ ਨਹੀਂ ਸੀਗਾ। ਕੈਸ਼ ਦਾ ਵਿਚਾਰ ਚੋਰੀ ਭਾਅ ਜੀ ਐਸਟੀਮੇਟ 25 ਤੋਂ 30 ਲੱਖ ਦੇ ਵਿੱਚ ਹੋਈ ਹੈ। ਬਾਕੀ ਹੁਣ ਅਸੀਂ ਨੰਬਰ ਟਰੇਸ ਕਰਾਂਗੇ, ਜਿਹੜੇ ਉਹ ਹੈਗੇ ਆ ਲਿਖਾਂਗੇ, ਆਈ ਐਮ ਏ ਫਿਰ ਬਦਲ ਮੰਗ ਕਰਦੇ ਹਾਂ ਉਹਨੂੰ। ਪੁਲਿਸ ਅਧਿਕਾਰੀ ਕੋਈ ਸਾਡੇ ਕੋਲ ਪੁਲਿਸ ਵਾਲੇ ਸਵੇਰੇ ਇੱਕ ਬੰਦਾ ਉਹਨਾਂ ਨੇ ਭੇਜਿਆ ਵਾ, ਦੇਖ ਕੇ ਚਲ ਗਿਆ ਵਾ, ਕੋਈ ਕਾਰਵਾਈ ਨਹੀਂ ਹਲੇ ਹੋਈ, ਕੋਈ ਸਾਡੇ ਦੂਰੀ ਤੇ ਚੌਂਕੀ, ਕੋਈ ਫਿੰਗਰਪ੍ਰਿੰਟ ਨਹੀਂ ਲੈਣ ਆਇਆ, ਕੋਈ ਪੁੱਤਾਂ ਨਹੀਂ ਲਿਆਏ, ਸੁੰਘਣ ਵਾਲਾ ਕੀ ਬੰਦਾ ਰੱਖ ਪਤਾ ਲੱਗ ਸਕੇ, ਅਸੀਂ ਬੜੇ ਪਰੇਸ਼ਾਨ ਆ, ਸਾਨੂੰ ਇਨਸਾਫ ਦਿੱਤਾ ਜਾਏ। 100 ਗਜ਼ ਦੀ ਦੂਰੀ ਦੇ ਉੱਪਰ ਪੁਲਿਸ ਸਟੇਸ਼ਨ ਹੈ, ਸਾਡੇ ਬਿਲਕੁਲ ਨੇੜੇ ਪੁਲਿਸ ਸਟੇਸ਼ਨ ਹੈ, ਕੋਈ ਦੂਰ ਨਹੀਂ ਹੈਗਾ। ਸਵੇਰ ਦੇ ਗਜ਼ਲ ਹੋਣ ਦੇ ਹਾਂਜੀ ਸਰ, ਲੜਕੇ ਆ ਕੋਈ 20-22 ਸਾਲ ਦੇ, ਇੰਨੀ ਕੁ ਉਮਰ ਦੇ ਵਿੱਚ ਹੈਗੇ ਆ ਉਹਨਾਂ ਦੇ, ਔਰ 5 ਬੰਦੇ ਇੱਕ ਅੰਦਰ ਵੜਿਆ, 4 ਬਾਹਰ ਸੀਗੇ। ਸ਼ਹਿਰ ਵਿੱਚ ਜੇ ਮੈਂ ਕਹਿ ਸਕਦਾ ਵੀ ਅੱਜ ਜੰਗਲ ਦਾ ਰਾਜ ਹੈ, ਇੱਥੇ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ ਹੈਗੀ। ਗੁਰਦਾਸਪੁਰ ਸ਼ਹਿਰ ਦੇ ਵਿੱਚ ਸਵੇਰੇ ਮੋਟਰਸਾਈਕਲ ਚੋਰੀ ਹੋ ਜਾਂਦੇ ਨੇ, ਬਾਜ਼ਾਰ ਦੇ ਵਿੱਚ ਸਨੈਚਿੰਗ ਹੋ ਜਾਂਦੀ ਹੈ, ਚੌਂਕਾਂ ਦੇ ਵਿੱਚ ਪਰਸ ਖੋਏ ਜਾਂਦੇ ਨੇ, ਘਰ ਦੇ ਦਰਵਾਜ਼ਿਆਂ ਦੇ ਅੱਗੇ ਵਾਲੀਆਂ ਖੋਲੀਆਂ ਜਾਂਦੀਆਂ ਨੇ। ਮੈਂ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਗੁਰਦਾਸਪੁਰ ਸ਼ਹਿਰ ਦੇ ਨਾਂ 'ਚ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਹੈਗੀ ਕਿ ਨਹੀਂ ਹੈਗੀ। SSP ਸਾਹਿਬ ਨੇ 8-8 ਡਿਊਟੀ ਲਾਈ ਹੈ PCR ਵਾਲਿਆਂ ਦੀ, ਇਹ ਜ਼ਿੰਮੇਵਾਰੀ 8-8 PCR ਵਾਲੇ ਜਵਾਬ ਦੇਣ ਕਿ 8-8 ਕੀ ਕਰਦੇ ਨੇ, ਕਿੱਥੇ ਬਹਿੰਦੇ ਨੇ, ਕਿੱਥੇ ਸੌਂਦੇ ਨੇ, ਕਿਉਂਕਿ ਇਹ ਉਹਨਾਂ ਦੇ ਟਾਈਮ ਵਿੱਚ ਚੋਰੀ ਹੋਈ ਹੈ। 5 ਵਜੇ ਦੁਕਾਨ 'ਤੇ ਚੋਰੀ ਹੋਣਾ ਜਦੋਂ ਕਿ ਆਮ ਗਰਮੀਆਂ ਦਿਨ ਚੜ ਜਾਂਦਾ, ਅਤੇ PCR ਵਾਲੇ 5 ਵਜੇ ਕਿੱਥੇ ਸੌਂਦੇ ਸੁੱਤੇ ਦੇ ਸੀ। ਮੈਂ SSP ਸਾਹਿਬ ਤੋਂ ਮੰਗ ਕਰਦਾ ਵੀ ਇਹ ਚੋਰੀ ਨੂੰ ਸੀਰੀਅਸਲੀ ਲਿਆ ਜਾਵੇ, ਇਹਨੂੰ ਜਲਦੀ ਤੋਂ ਜਲਦੀ ਟਰੇਸ ਕੀਤਾ ਜਾਵੇ। ਉਹ ਨਾ ਹੋਵੇ ਕਿ ਪਿਛਲੀਆਂ ਚੋਰੀਆਂ ਨੂੰ ਵੀ ਹੈ ਟਰੇਸ ਕਰਾਉਣ ਵਾਸਤੇ ਸਾਨੂੰ ਕੋਈ ਐਸਾ ਸਟੈਪ ਚੁੱਕਣਾ ਪੈ ਜਾਵੇ, ਵਪਾਰ ਮੰਡਲ ਨੂੰ ਸਾਨੂੰ ਧਰਨਾ ਪਿਆ ਅਤੇ ਧਰਨਾ ਵੀ ਦੇਵਾਂਗੇ। ਜੇ ਸਾਨੂੰ ਸ਼ਹਿਰ ਬੰਦ ਕਰਨਾ ਪਿਆ ਆਪਣੇ ਇਨਸਾਫ ਲਈ ਤਾਂ ਸ਼ਹਿਰ ਬੰਦ ਵੀ ਕਰਾਵਾਂਗਾ। ਮੈਂ ਹੁਣੇ ਮੌਕੇ 'ਤੇ ਪਹੁੰਚਿਆ ਜੀ, ਮੈਨੂੰ ਹੁਣੇ ਇਨਫੋਰਮੇਸ਼ਨ ਮਿਲੀ ਸੀ ਅਤੇ ਥੈਫਟ ਦਾ ਇੰਸੀਡੈਂਟ ਦੀ ਸਾਡੇ ਕੋਲ ਹੋਈ ਹੈ ਰਿਪੋਰਟ, ਅਤੇ ਉਹ 'ਚ ਕਾਫੀ ਸਾਡੇ ਕੋਲ ਕਲੂ ਮਿਲੇ ਹੋਏ ਆਲਰੇਡੀ, ਜਿੰਨਾ ਕੁ ਉਹਨਾਂ ਸਾਨੂੰ ਦੱਸਿਆ ਦੁਕਾਨਦਾਰ ਨੇ, ਉਹ ਗੱਲ ਦੀ ਜਲਦੀ ਟਰੇਸ ਹੋ ਜਾਏਗਾ ਜੀ। ਦੁਕਾਨਦਾਰਾਂ ਨੇ ਸਰ ਇੱਕ ਚੇਤਾਵਨੀ ਵੀ ਕਹਿ ਦੀ ਸਿੱਧੀ ਸਿੱਧੀ ਦੇ ਦਿੱਤੀ ਹੈ ਕਿ ਜੇ ਨਾ ਟਰੇਸ ਹੋਇਆ ਤਾਂ ਧਰਨਾ ਲੱਗੇਗਾ ਅਤੇ ਬਾਜ਼ਾਰ ਜਿਹੜੇ ਆ ਬੰਦ। ਕੋਈ ਗੱਲ ਨਹੀਂ ਜੀ, ਡੈਫੀਨੇਟਲੀ ਟਰੇਸ ਹੋ ਜਾਏਗਾ ਜੀ, ਇਹੋ ਜੀ ਨੌਬਤ ਨਹੀਂ ਆਏਗੀ ਜੀ ਕੋਈ ਵੀ।